ਜਿਸ ਤਰ੍ਹਾਂ ਇਹਨਾਂ ਨੇ ਕੁਐਸਚਨ ਕੀਤਾ ਵੀ ਵਾਅਦੇ ਕੀਤੇ ਪੂਰੇ ਕਰੋ, ਜੇ ਵਾਅਦੇ ਕਰ ਦਾਂਗੇ ਠੀਕ ਹੈ, ਨਹੀਂ ਬਾਗੀ ਵਾਲੇ 'ਚ ਲੋਕ ਸਾਨੂੰ ਵੀ ਸਾਨੂੰ ਤੋੜ ਦੇਣਗੇ। ਇਸ ਪੰਜਾਬ ਦੀ ਜਿਹੜੀ ਇਕਨੋਮਿਕ ਕੰਡੀਸ਼ਨ ਹੈ ਬਹੁਤ ਪਿਛਲੇ ਕਈ ਸਾਲਾਂ ਤੋਂ 1,35,000 ਕਰੋੜ ਦਾ ਤਾਂ ਕਰਜ਼ਾ ਖੜਾ ਹੈ ਜੇ ਸੈਂਟਰ ਦਾ। ਕਾਂਗਰਸ ਦੇ ਸੀਨੀਅਰ ਨੇਤਾ ਸ਼ਮਸ਼ੇਰ ਸਿੰਘ ਦੁੱਲੋ ਇੱਕ ਵਾਰ ਫਿਰ ਤੋਂ ਆਪਣੀ ਹੀ ਸਰਕਾਰ ਦੇ ਖਿਲਾਫ ਬੋਲੇ ਨੇ। ਇੱਕ ਵਾਰ ਫਿਰ ਤੋਂ ਉਹਨਾਂ ਨੇ ਆਪਣੀ ਹੀ ਸਰਕਾਰ ਤੇ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਨਿਸ਼ਾਨੇ ਸਾਧੇ ਨੇ। ਮਲੇਰਕੋਟਲਾ ਸਬ ਡਿਵੀਜ਼ਨ ਦੇ ਅਮਰਗੜ੍ਹ ਦੇ ਵਿੱਚ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਣ ਪੁੱਜੇ ਸ਼ਮਸ਼ੇਰ ਸਿੰਘ ਦੁੱਲੋ ਨੇ ਜਿੱਥੇ ਇਸ਼ਾਰਿਆਂ ਦੇ ਵਿੱਚ ਇੱਕ ਵਾਰ ਫਿਰ ਤੋਂ ਪੰਜਾਬ ਸਰਕਾਰ ਨੂੰ ਨਿਸ਼ਾਨੇ ਤੇ ਲਿਆ। ਦੁੱਲੋ ਦਾ ਕਹਿਣਾ ਸੀ ਕਿ ਚੋਣਾਂ ਤੋਂ ਪਹਿਲਾਂ ਲੋਕਾਂ ਦੇ ਨਾਲ ਜਿਹੜੇ ਵਾਅਦੇ ਕੀਤੇ ਗਏ ਸਨ, ਜੇਕਰ ਉਹਨਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਲੋਕ 2022 ਦੇ ਵਿੱਚ ਇਹਨਾਂ ਨੂੰ ਘਰ ਭੇਜ ਦੇਣਗੇ। ਸਰਦਾਰ ਮੈਂਗਲ ਸਿੰਘ ਮੈਮੋਰੀਅਲ ਜਿਹੜਾ ਟਰੱਸਟ ਬਣਿਆ ਹੈ, ਔਰ ਇਹ ਮੈਂ ਸਮਝਦਾ ਵੀ ਇਹ ਉਪਰਾਲਾ ਕਰ ਰਹੇ ਨੇ ਇਸ ਇਲਾਕੇ ਦੇ ਵਿੱਚ ਨੌਜਵਾਨਾਂ ਨੂੰ ਮੇਨ ਸਟ੍ਰੀਮ 'ਚ ਲਿਆਉਣ ਲਈ, ਕਿਉਂਕਿ ਜਿਹੜੇ ਭੜਕੇ ਹੋਏ ਨੌਜਵਾਨ ਨੇ ਨਸ਼ਿਆਂ ਵੱਲ ਵੱਧ ਰਹੇ ਨੇ, ਡਿਪਰੈਸ਼ਨ 'ਚ ਆ, ਅਨਇੰਪਲੋਇਮੈਂਟ ਹੈ, ਕੋਈ ਇਕਨੋਮੀਕਲ ਕਾਜ਼ ਹੋ ਸਕਦੇ ਨੇ, ਇਹ ਜਿਹੜੀਆਂ ਕਲੱਬਾਂ ਨੇ ਜਾਂ ਪਿੰਡ ਦੇ ਵਿੱਚ ਜਿਹੜੀਆਂ ਸਭਾਵਾਂ ਨੇ, ਨੌਜਵਾਨ ਸਭਾ ਬਣਨੀਆਂ ਚਾਹੀਦੀਆਂ, ਨੌਜਵਾਨਾਂ ਨੂੰ ਗਾਈਡਲਾਈਨ ਚਾਹੀਦੀ ਹੈ ਸਿਆਣੇ ਬੰਦਿਆਂ ਦੀ, ਬਜ਼ੁਰਗਾਂ ਦੀ, ਉਹ ਤਾਂ ਕਿ ਜਿਹੜੇ ਇਸ ਦਲਦਲ 'ਚੋਂ ਕੱਢਣਾ ਬਹੁਤ ਇੱਕ ਬਹੁਤ ਬੜਾ ਚੈਲੇਂਜ ਹੈ ਇਸ ਟਾਈਮ ਪੰਜਾਬ 'ਚ। ਔਰ ਮੇਰਾ ਖਿਆਲ ਮਹੱਲੇ ਮਹੱਲੇ 'ਚ ਨਸ਼ਾ ਵਿਕ ਰਿਹਾ, ਇਹ ਨਹੀਂ ਮੈਂ ਕਹਿ ਸਕਦਾ, ਪਿੰਡਾਂ 'ਚ ਦੇਖ ਲਓ ਇਹ ਇੰਨਾ, ਇਹਦੇ ਲਈ ਜਿੰਨਾ ਤੱਕ ਸਰਕਾਰ ਲੱਗੀ ਹੋਈ ਹੈ, ਸਰਕਾਰ ਵੀ ਦਾਅਵੇ ਕਰਦੀ ਹੈ, ਪਰ ਜਿੰਨਾ ਤੱਕ ਲੋਕ ਨਹੀਂ ਉੱਠਣਗੇ, ਸਮਾਜ ਨਹੀਂ ਉੱਠੂਗਾ, ਇਹਨਾਂ ਨਸ਼ਾ ਤਸਕਰਾਂ ਦੇ ਖਿਲਾਫ਼ ਇਹ ਲਾਮਬੰਦ ਨਹੀਂ ਹੋਣਗੇ, ਔਰ ਗਲੀਆਂ 'ਚ ਇਹਨਾਂ ਨੂੰ ਫੜ ਫੜ ਕੁੱਟਣਗੇ ਨਹੀਂ, ਮਾਫ਼ ਕਰਨਾ ਸਿੱਧਾ ਲੱਭ ਜਾ ਕੇ, ਇਹ ਉਹਨਾਂ ਤੱਕ ਇਹ ਬੰਦ ਨਹੀਂ ਹੋ ਸਕਦਾ, ਗੱਲਾਂ ਬਾਤਾਂ ਨਾਲ ਨਹੀਂ ਬੰਦ ਹੋ ਸਕਦਾ। ਰੋਜ਼ ਇੱਕ ਅੱਧਾ ਨੌਜਵਾਨ ਪੜ੍ਹੀ ਦਾ ਅਖਬਾਰ 'ਚ ਓਵਰਡੋਜ਼ ਨਾਲ ਮਰ ਗਿਆ, ਵੀ ਓਵਰਡੋਜ਼ ਆਈ ਕਿੱਥੋਂ ਹੈ, ਕਿਤੋਂ ਤਾਂ ਇਹ ਆਉਂਦੀ ਹੈ, ਜੇ ਨਸ਼ਾ ਆਉਂਦਾ ਤਾਂ ਉਹ ਜਲਿੰਦੇ ਨੇ, ਇਸ ਲਈ ਇਹ ਬਹੁਤ ਇੱਕ ਸੀਰੀਅਸ ਨਸ਼ਾ ਹੈ, ਇਹ ਸੀਰੀਅਸ ਮਾਮਲਾ, ਇਹ 'ਚ ਫੌਰਨ ਬਾਹਰਲੀਆਂ ਤਾਕਤਾਂ ਦਾ ਹੈਗਾ, ਬਹੁਤ ਯੋਗ ਹੈਗਾ, ਇਹ ਸਾਰੀ ਪਲੈਨਿੰਗ ਉਹਨਾਂ ਦੀ ਹੈ ਕਿ ਪੰਜਾਬ ਬਾਰਡਰ ਸਟੇਟ ਹੈ, ਇਹਨੂੰ ਕਮਜ਼ੋਰ ਕਰੋ, ਔਰ ਇਸ ਜੇ ਪੰਜਾਬ ਕਮਜ਼ੋਰ ਹੋ ਗਿਆ ਦੇਸ਼ ਕਮਜ਼ੋਰ ਹੋ ਗਿਆ। ਦੋਨੋਂ ਸਾਹਿਬ, ਆਪਣੀ ਜਿਹੜੀ ਕਾਂਗਰਸ ਸਰਕਾਰ ਹੋਣ ਚਾਹੀ ਹੈ 2017 'ਚ, ਉਹਦੇ 'ਚ ਇੱਕ ਵੱਡਾ ਮੁੱਦਾ ਸੀ ਇਹ ਨਸ਼ਿਆਂ ਵਾਲਾ, ਵੀ ਕੀ ਤੁਸੀਂ ਸਮਝਦੇ ਹੋ ਵੀ ਨਸ਼ਿਆਂ ਨੂੰ ਕੋਈ ਠੱਲ ਪਈ ਹੈ? ਦੇਖੋ ਕਾਫੀ ਠੱਲ ਤਾਂ ਨਹੀਂ ਮੈਂ ਕਹਿ ਸਕਦਾ ਪਈ ਹੈ, ਰੋਜ਼ ਅਖਬਾਰ ਪੜ੍ਹਦੇ ਨੇ ਇੱਕ ਅੱਧਾ ਮਰਦਾ ਹੈ ਓਵਰਲੋਡ ਨਾਲ, ਫੜਿਆ ਵੀ ਬਹੁਤ ਗਿਆ, ਐਸੀ ਗੱਲ ਨਹੀਂ, ਕੇਸਿਸ ਵੀ ਬਹੁਤ ਬਣੇ ਨੇ, ਪਰ ਇਹਦੇ ਲਈ ਮੈਂ ਇੱਕ ਨੈਕਸਟ ਜਿਹੜਾ ਇੱਕ ਨਾ ਬਣਿਆ ਹੋਇਆ ਪੋਲੀਟੀਸ਼ੀਅਨ ਦਾ, ਸਮਗਲਰਾਂ ਦਾ, ਔਰ ਆਫਿਸਰਾਂ ਦਾ, ਇਹ ਨੈਕਸਟ ਜਿੰਨਾ ਤੱਕ ਇਹਨਾਂ ਨੂੰ ਚਲਾਉਣ ਵਾਲਾ, ਇਹਨਾਂ ਦੀ ਕੋਈ ਵੀ ਜਿਹੜਾ ਗਲਤ ਕੰਮ ਹੈ ਉਹਦੀ ਬੈਕ ਤੋਂ ਬਿਨਾਂ ਨਹੀਂ ਹੁੰਦਾ, ਇਹ ਕੌਣ ਬੈਕ ਕਰਨ ਵਾਲੇ ਨੇ, ਕੌਣ ਲੋਕ ਨੇ, ਉਹਨਾਂ ਨੂੰ ਨੱਥ ਪਾਉਣੀ ਬਹੁਤ ਜ਼ਰੂਰੀ ਹੈ। ਇਸ ਪੰਜਾਬ ਦੀ ਜਿਹੜੀ ਇਕਨੋਮਿਕ ਕੰਡੀਸ਼ਨ ਹੈ ਬਹੁਤ ਪਿਛਲੇ ਕਈ ਸਾਲਾਂ ਤੋਂ 1,35,000 ਕਰੋੜ ਦਾ ਤਾਂ ਕਰਜ਼ਾ ਖੜਾ ਹੈ ਜੇ ਸੈਂਟਰ ਦਾ, ਔਰ GST ਦੇ ਪੈਸੇ ਨਹੀਂ ਪੂਰੇ ਮਿਲੇ, ਇਲੈਕਸ਼ਨ 'ਚ ਵਾਅਦੇ ਵੀ ਇੰਨੇ ਕੀਤੇ ਗਏ ਨੇ, ਉਹਨਾਂ ਨੂੰ ਪੂਰਾ ਕਰਨਾ ਬੜਾ ਔਖਾ ਹੈ, ਬਜਟ ਉਹਨੇ ਕੋਸ਼ਿਸ਼ ਕੀਤੀ ਹੈ, ਲੁਹਾਵਣਾ ਬਜਟ ਦਿੱਤਾ, ਐਜੂਕੇਸ਼ਨ ਬਾਰੇ ਵੀ ਕਿਹਾ ਵੀ 12ਵੀਂ ਤੱਕ ਅਸੀਂ ਮੁਫਤ ਵਿੱਦਿਆ ਦੇਵਾਂਗੇ, ਪਿਛਲੇ ਸਾਲਾਂ ਦੇ ਵਿੱਚ ਸਕੋਲਰਸ਼ਿਪ ਨਹੀਂ ਮਿਲੀ ਬੱਚਿਆਂ ਨੂੰ, 9 ਲੱਖ ਬੱਚਾ 5-6 ਸਾਲ ਦੇ ਵਿੱਚ ਪੋਸਟ ਗ੍ਰੈਜੂਏਸ਼ਨ 'ਚ ਡਰੋਪ ਆਊਟ ਹੋ ਗਿਆ, ਉਹਨਾਂ ਨੂੰ ਨੰਬਰ ਨਹੀਂ ਦਿੱਤੇ ਸਕੂਲਾਂ ਕਾਲਜਾਂ ਦੇ, ਉਹਨਾਂ ਨੇ ਬਣਾਇਆ ਜੂਥਬੰਦੀ ਕੀਤੀ ਹੈ, ਪਲੈਨਿੰਗ ਕੀਤੀ ਹੈ, ਪਰ ਇਹ ਹੈ ਵੀ ਇਹਨਾਂ ਸਕੀਮਾਂ ਲਈ ਪੈਸਾ ਕਿੱਥੋਂ ਆਊਗਾ, ਗੱਲ ਅੱਜ ਇਹਦੇ 'ਚ ਹੋਈ ਹੈ ਲੈਂਡ ਰੈਸ ਨੂੰ ਵੀ ਅਸੀਂ ਕਰਜ਼ਾ ਮਾਫ਼ ਕਰਨਾ, ਚੰਗੀ ਗੱਲ ਹੈ, ਚੰਗੀ ਗੱਲ ਹੈ, ਪਰ ਉਹਦੇ ਲਈ ਪੈਸੇ ਦਾ ਪ੍ਰਬੰਧ ਕਿਹਨੇ ਕਰਨਾ, ਸਰਕਾਰ ਨੇ ਕਰਨਾ, ਸਰਕਾਰ ਨੂੰ ਚਾਹੀਦਾ ਆਪਣੇ ਖਰਚੇ ਜਿਹੜੇ ਨੇ, ਜਿਹੜੇ ਫਾਲਤੂ ਖਰਚੇ ਨੇ ਉਹ ਘਟਾਉਣ, ਲੋਕਾਂ 'ਤੇ ਬੋਝ ਪਾਉਣ ਦੀ ਬਜਾਏ, ਬਿਜਲੀ ਦੇ ਬਿੱਲਾਂ ਦਾ ਬੋਝ ਹੈ, ਬਿਜਲੀ ਸਾਰੇ ਪੰਜਾਬ 'ਚ, ਸਾਰੇ ਹਿੰਦੁਸਤਾਨ 'ਚ ਬਿਜਲੀ ਇੱਥੇ ਮਹਿੰਗੀ ਹੈ, ਗਰੀਬਾਂ ਨੂੰ ਨਹੀਂ ਮਿਲਦੀ ਹੈ, ਇਹ ਜਿਹੜੀਆਂ ਚੀਜ਼ਾਂ ਨੇ, ਇਹ ਬਜਟ ਠੀਕ ਆ, ਉਹਨੇ ਕੋਸ਼ਿਸ਼ ਕੀਤੀ ਹੈ, ਅਸੀਂ ਪਿਛਲੀ ਸਰਕਾਰਾਂ ਨੂੰ ਵੀ ਦੋਸ਼ ਦਿੰਦੇ ਹਾਂ, ਜੇ ਪਿਛਲੀ ਸਰਕਾਰ ਨੇ ਮਾੜੇ ਕੰਮ ਕੀਤੇ ਤਾਂ ਸਾਡੀ ਸਰਕਾਰ ਆਈ, ਲੋਕਾਂ ਨੇ ਤਾਂ ਹੀ ਲਿਆਂਦਾ, ਜੇ ਅਸੀਂ ਉਹ ਵਾਅਦਿਆਂ 'ਤੇ ਪੂਰੇ ਨਹੀਂ ਉਤਰਨਗੇ ਤਾਂ ਲੋਕਾਂ ਲਈ ਜਵਾਬਦੇਹ ਹੈ, ਲੋਕ ਸਿਆਣੇ ਨੇ, ਉਹ ਆਉਣ ਵਾਲੇ ਸਮੇਂ 'ਚ ਅਸੀਂ ਕਹਾਂਗੇ ਕਿ ਸਾਡੀ ਸਰਕਾਰ ਹੈ,
ਹੁਣ ਜਿਸ ਤਰ੍ਹਾਂ ਇਹਨਾਂ ਨੇ ਕੁਐਸਚਨ ਕੀਤਾ ਵੀ ਵਾਅਦੇ ਕੀਤੇ ਪੂਰੇ ਕਰੋ, ਜੇ ਵਾਅਦੇ ਕਰ ਦਾਂਗੇ ਠੀਕ ਹੈ, ਨਹੀਂ ਬਾਈ ਵਾਲੇ 'ਚ ਲੋਕ ਸਾਨੂੰ ਵੀ ਘਰ ਨੂੰ ਤੋੜ ਦੇਣਗੇ। ਦੁੱਲੋ ਨੇ ਇਸ ਮੌਕੇ ਤੇ ਪੰਜਾਬ ਦੀ ਆਰਥਿਕ ਹਾਲਤ ਤੇ ਵੀ ਗੱਲਬਾਤ ਕੀਤੀ। ਉਹਨਾਂ ਦਾ ਕਹਿਣਾ ਸੀ ਕਿ ਸਰਕਾਰ ਨੂੰ ਆਪਣੇ ਫਾਲਤੂ ਖਰਚੇ ਘਟਾਉਣੇ ਚਾਹੀਦੇ ਨੇ ਤੇ ਲੋਕਾਂ ਤੇ ਬੋਝ ਨਹੀਂ ਪਾਉਣਾ ਚਾਹੀਦਾ। ਉਹਨਾਂ ਦਾ ਕਹਿਣਾ ਸੀ ਕਿ ਪੂਰੇ ਭਾਰਤ ਦੇ ਵਿੱਚੋਂ ਪੰਜਾਬ ਸੂਬੇ ਦੇ ਵਿੱਚ ਬਿਜਲੀ ਸਭ ਤੋਂ ਵੱਧ ਕੀਮਤਾਂ ਤੇ ਦਿੱਤੀ ਜਾ ਰਹੀ ਹੈ। ਸੰਗਰੂਰ ਤੋਂ ਟੋਨੀ ਸ਼ਰਮਾ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ NRI।